ਸਾਨੂੰ ਖੁਸ਼ੀ ਹੈ ਵੀ ਅਸੀਂ ਸਰਪੰਚ ਵੀ ਹਾਂ ਪਿੰਡ ਦੇ ਅਤੇ ਆਟੋ ਵੀ ਚਲਾ ਰਹੇ ਹਾਂ। ਦੋ ਜ਼ਿੰਮੇਵਾਰੀਆਂ ਵੀ ਪਿੰਡ ਦੇ ਵੀ ਫਰਜ਼ ਨਿਭਾ ਰਹੇ ਹਾਂ ਅਤੇ ਆਪਣਾ ਪਰਿਵਾਰ ਦਾ ਵੀ ਫਰਜ਼ ਨਿਭਾ ਰਹੇ ਹਾਂ ਕਿ ਜੋ 70 ਸਾਲ 'ਚ ਮੇਰੇ ਪਿੰਡ ਕੰਮ ਨਹੀਂ ਹੋਇਆ ਉਹ ਜਦੋਂ ਲੋਕਾਂ ਨੇ ਹੁੰਗਾਰਾ ਭਰਿਆ ਅਤੇ ਸਾਨੂੰ ਜਿਤਾ ਕੇ ਭੇਜਿਆ ਫਿਰ ਅਸੀਂ ਕੰਮ ਕਰਿਆ ਭਰਾ। ਜਿਹੜਾ ਕਹਿੰਦੇ ਨੇ ਉੱਚਾ ਹੋ ਕੇ ਮਾਨ ਨਾ ਕਰੀ, ਆਪਾਂ ਨੀਵਿਆਂ ਨੂੰ ਰੁੱਖ ਲੱਗਦੇ ਫਿਰ ਕੋਲਾ, ਆਪਾਂ ਤਾਂ ਉਹ ਚੇਂਜ ਕਰਨੀ, ਸੇਵਾ ਕਰਨੀ ਹੈ। ਗਲੀਆਂ ਨਾਲੀਆਂ ਦਾ ਬੜਾ ਬੁਰਾ ਸੀ, ਉਹ ਬਣ ਗਈਆਂ, ਫਿਲਟਰ ਪਾਣੀ ਵਾਲਾ ਪੀਣ ਵਾਲਾ ਉਹ ਲੱਗ ਗਿਆ, ਧਰਮਸ਼ਾਲਾ ਬਣ ਚੁੱਕੀ ਹੈ, ਪੇੜ ਪੌਦੇ ਲੱਗੇ ਹੈ, ਗਲੀਆਂ ਨਾਲੀਆਂ ਬਣੀਆਂ, ਰਾਸ਼ਨ ਕਾਰਡ ਬਣੇ, ਪੈਨਸ਼ਨਾਂ ਬਣੀਆਂ। ਚੋਣ ਲੜਨ ਤੋਂ ਬਾਅਦ ਆਟੋ ਲਈ ਗੱਡੀ ਗੁੱਡੀ ਲੈਣ ਦਾ ਨਹੀਂ ਸੋਚਿਆ? ਜੋ ਸਾਡੀ ਸੋਚ ਹੈ ਨਾ, ਸਾਡੀ ਸੋਚ ਸੀ ਸਾਡਾ ਪਿੰਡ ਬਣਾਉਣਾ। ਸਾਡਾ ਕੰਮ ਇਹ ਨਹੀਂ ਹੈ ਵੀ ਕਿਸੇ ਸਟੀਕਰ ਲਾ ਕੇ ਗੱਡੀ 'ਤੇ ਜਾਂ ਗੱਡੀ ਪਾ ਕੇ ਅਸੀਂ ਟੌਰ ਕੱਢੀਏ। ਪੜ੍ਹੇ ਕਿੱਦਾਂ ਹੋਏ? ਵੀਰ ਮੈਂ 7 ਪੜ੍ਹਿਆ ਜੀ। ਦਿਨੇ ਵੀਰ ਜੀ ਪਿੰਡ ਦਾ ਆਪਣਾ ਕੰਮ ਹੈ ਸਰਪੰਚੀ ਵਾਲਾ, ਹਾਂ ਉਹ ਕੰਮ ਕਰਨਾ। ਦੇਖੋ ਲੋਕਾਂ ਨੇ ਆਉਣਾ ਜਾਣਾ, ਆਪਾਂ ਉਹ ਵੀ ਸਾਂਭਣਾ ਹੈ। ਤਨਖਾਹ ਵੀ ਆਉਂਦੀ ਹੋ? ਨਹੀਂ ਜੀ ਵੀਰ ਜੀ, ਇੰਨੀ ਕਿਹੜੀ ਕੋਈ ਤਨਖਾਹ ਨਹੀਂ, ਉਹਨੂੰ ਕੋਈ ਤਨਖਾਹ ਨਹੀਂ। 1000 ਰੁਪਏ ਉਹ ਵੀ ਕਾਫੀ ਸਮਾਂ ਹੋ ਗਿਆ ਬੰਦ ਹੋਊ। ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਅਤੇ ਮੈਂ ਸ਼ਸ਼ਮ ਨਾਗਰ ਦਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਜਦੋਂ ਤੁਸੀਂ ਕਿਤੇ ਬਾਹਰ ਜਾ ਰਹੇ ਹੁੰਦੇ ਹੋ ਸੜਕ 'ਤੇ ਤਾਂ ਤੁਹਾਨੂੰ ਅਕਸਰ ਕਿਸੇ ਗੱਡੀ ਮਗਰ ਸਰਪੰਚ ਲਿਖਿਆ ਹੋਇਆ ਜ਼ਰੂਰ ਨਜ਼ਰ ਆ ਜਾਂਦਾ ਹੋਊਗਾ ਅਤੇ ਉਹ ਸਰਪੰਚ ਲਿਖਵਾਉਣ ਦੇ ਲਈ ਕਈ ਵਾਰ ਕਈ ਲੋਕ 35-35, 40-40 ਲੱਖ ਜਿਹੜੇ ਰੁਪਏ ਨੇ ਉਹ ਖਰਚ ਦਿੰਦੇ ਨੇ ਕਿ ਮਾਤਰ ਗੱਡੀ ਪਿੱਛੇ ਸਰਪੰਚ ਲਿਖਵਾ ਲਈਏ, ਇੱਕ ਟੋਰ ਬਣ ਜੂਗੀ। ਉਸ ਤੋਂ ਇਲਾਵਾ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਈ ਵਾਰ ਬੜਾ ਕੁਝ ਦੇਖਣ ਨੂੰ ਵੀ ਮਿਲਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਗਲਤ ਤਰੀਕੇ ਦੇ ਨਾਲ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਗਲਤ ਤਰੀਕੇ ਦੇ ਨਾਲ ਸਰਪੰਚ ਬਣਿਆ ਜਾਂਦਾ। ਪਰ ਮੇਰੇ ਨਾਲ ਇੱਕ ਅਜਿਹੇ ਸਰਪੰਚ ਨੇ ਰਾਜਪੁਰੇ ਸ਼ਾਮਲੀ ਸ਼ਾਮਦੂ ਕੈਂਪ ਪਿੰਡ ਦੇ, ਜਿਨ੍ਹਾਂ ਦਾ ਨਾਮ ਰਣਜੀਤ ਕੁਮਾਰ ਹੈ ਅਤੇ ਇਹਨਾਂ ਕੋਲ ਗੱਡੀ ਤਾਂ ਹੈਗੀ ਹੈ, ਪਤਾ ਨਹੀਂ ਨਹੀਂ ਹੈਗੀ ਨਹੀਂ ਹੈਗੀ, ਇਹਨਾਂ ਕੋਲ ਇੱਕ ਆਟੋ ਹੈ ਜਿਸ 'ਤੇ ਇਹ ਆਪਣਾ ਕੰਮਕਾਰ ਵੀ ਕਰਦੇ ਨੇ, ਜਿਸ ਦੇ ਨਾਲ ਆਪਣਾ ਘਰ ਵੀ ਚਲਾਉਂਦੇ ਨੇ ਅਤੇ ਨਾਲ ਦੀ ਨਾਲ ਸਰਪੰਚ ਵੀ ਨੇ ਪਿੰਡ ਦੇ। ਅਤੇ ਤੁਸੀਂ ਤਾਂ ਨਹੀਂ ਇਸ ਆਟੋ ਦੇ ਪਿੱਛੇ ਸਰਪੰਚ ਲਿਖਾਇਆ ਹੋਇਆ? ਨਹੀਂ ਸਰ, ਅਸੀਂ ਨਹੀਂ ਲਿਖਾਇਆ ਜੀ। ਅੱਛਾ, ਅਸੀਂ ਨੋਰਮਲ ਹੈ, ਸਾਧਾਰਨ ਜ਼ਿੰਦਗੀ ਹੈ। ਹਾਂ, ਕਦੋਂ ਬਣੇ ਸੀ ਸਰਪੰਚ? 2019 'ਚ ਸਰ। 2019 ਦੇ ਵਿੱਚ ਉਦੋਂ ਵੀ ਆਟੋ ਚਲਾਉਂਦੇ ਸੀਗੇ? ਨਹੀਂ, ਉਸ ਟਾਈਮ ਕਿਸੇ ਦੋਸਤ ਦਾ ਚਲਾ ਲੈਂਦਾ ਸੀ, ਉਸ ਤੋਂ ਬਾਅਦ ਆਪਾਂ ਆਪਣਾ ਲਿਆ ਜੀ, ਸੈਕਿੰਡ ਹੈਂਡ ਲਿਆ ਹੈ ਅਤੇ ਚਲਾ ਰਹੇ ਹਾਂ ਭਰਾ। ਉਸ ਤੋਂ ਪਹਿਲਾਂ ਕੀ ਕਰਦੇ ਸੀ? ਬਸ ਉਸ ਤੋਂ ਪਹਿਲੇ ਮਿਹਨਤ ਮਜ਼ਦੂਰੀ ਸੀ ਵੀਰੇ। ਅੱਛਾ, ਪਿੰਡ ਦੇ ਵਿੱਚ ਦਿਹਾੜੀ? ਦਿਹਾੜੀ। ਅੱਛਾ, ਅਤੇ ਲੋਕ ਤਾਂ ਸਰਪੰਚ ਗੱਡੀ ਦੇ ਪਿੱਛੇ ਕਈ ਵਾਰ ਇਹ ਟੋਰ ਦੇ ਮਾਰੇ ਵੀ, ਹਾਂ ਸਰਪੰਚ ਹੈ ਮੈਂ ਪਿੰਡ ਦਾ, ਉਹ ਚੀਜ਼ ਦੇ ਮਾਰੇ ਸਰਪੰਚੀ ਲੜਦੇ ਨੇ। ਤੁਸੀਂ ਜਿਹੜਾ ਚੋਣ ਲੜਨ ਤੋਂ ਬਾਅਦ ਆਟੋ ਲਈ ਗੱਡੀ ਗੁੱਡੀ ਲੈਣ ਦਾ ਨਹੀਂ ਸੋਚਿਆ? ਦੇਖੋ ਵੀਰ ਜੀ, ਜੋ ਸਾਡੀ ਸੋਚ ਹੈ ਨਾ, ਸਾਡੀ ਸੋਚ ਸੀ ਸਾਡਾ ਪਿੰਡ ਬਣਾਉਣਾ। ਸਾਡਾ ਕੰਮ ਇਹ ਨਹੀਂ ਹੈ ਵੀ ਕਿਸੇ ਸਟੀਕਰ ਲਾ ਕੇ ਗੱਡੀ 'ਤੇ ਜਾਂ ਗੱਡੀ ਪਾ ਕੇ ਅਸੀਂ ਟੌਰ ਕੱਢੀਏ, ਸਾਡਾ ਉਹ ਮਤਲਬ ਨਹੀਂ ਹੈ। ਸਿਰਫ ਸਾਡਾ ਮੁੱਦਾ ਜਿਹੜਾ ਉਹ ਪਿੰਡ ਦੇ ਵਿਕਾਸ ਦਾ ਹੈ। ਦੇਖੋ ਮਿਹਨਤ ਕਰਾਂਗੇ ਤਾਂ, ਦੇਖੋ ਬੱਚੇ ਵੀ ਪਾਲਣੇ ਆਪਣੇ, ਅਤੇ ਮਿਹਨਤ ਕਰਨਾ ਕੋਈ ਮਾੜਾ ਕੰਮ ਵੀ ਨਹੀਂ ਹੈ। ਸਾਨੂੰ ਖੁਸ਼ੀ ਹੈ ਵੀ ਅਸੀਂ ਸਰਪੰਚ ਵੀ ਹਾਂ ਪਿੰਡ ਦੇ ਅਤੇ ਆਟੋ ਵੀ ਚਲਾ ਰਹੇ ਹਾਂ। ਦੋ ਜ਼ਿੰਮੇਵਾਰੀਆਂ ਵੀ ਪਿੰਡ ਦੇ ਵੀ ਫਰਜ਼ ਨਿਭਾ ਰਹੇ ਹਾਂ ਅਤੇ ਆਪਣਾ ਪਰਿਵਾਰ ਦਾ ਵੀ ਫਰਜ਼ ਨਿਭਾ ਰਹੇ ਹਾਂ। ਰਾਤ ਨੂੰ ਮੈਂ ਨਾਈਟ ਆਟੋ ਚਲਾਉਂਦਾ, ਦਿਨ ਨੂੰ ਜਿਹੜਾ ਮੇਰਾ ਕੰਮ ਹੈ ਉਹ ਸਰਪੰਚੀ ਦਾ ਪਿੰਡ ਦਾ। ਅਤੇ ਸੋ ਮੇਰੀ ਪੰਜਾਬ ਦੇ ਲੋਕਾਂ ਨੌਜਵਾਨਾਂ ਨੂੰ ਅਪੀਲ ਹੈ ਕਿ ਜਿੰਨੇ ਪਿੰਡਾਂ 'ਚ ਸਰਪੰਚ ਹੈ, ਦੇਖੋ ਆਪਾਂ ਪਿੰਡ ਦਾ ਵਿਕਾਸ ਕਰਨਾ ਹੈ, ਬਲਕਿ ਟੌਰਾਂ 'ਚ ਕੁਛ ਨਹੀਂ ਪਿਆ। ਹਾਂ, ਉਹ ਟੌਰ ਤਾਂ ਬੇਸਿਕ 9 ਦੀ ਹੈ। ਜੇ ਆਪਾਂ ਕੰਮ ਕਰਾਂਗੇ ਤਾਂ ਲੋਕ ਚੁਣ ਕੇ ਚੰਗੇ ਬੰਦਿਆਂ ਨੂੰ ਫਿਰ ਵਾਪਸ ਇਲੈਕਸ਼ਨ 'ਚ ਲੈ ਕੇ ਆਉਣਗੇ। ਅੱਛਾ, ਮੈਨੂੰ ਇਹ ਦੱਸੋ ਕਿ ਪਹਿਲੀ ਵਾਰ ਸਰਪੰਚ ਬਣੇ ਸੀ 2019 ਦੇ ਵਿੱਚ?
ਹਾਂਜੀ ਵੀਰ ਜੀ, ਪਹਿਲੀ ਵਾਰ ਜੀ। ਅੱਛਾ, ਉਦੋਂ ਪਹਿਲਾਂ ਨਹੀਂ ਕਦੇ ਚੋਣ ਲੜੀ? ਨਹੀਂ ਜੀ, ਉਸ ਤੋਂ ਪਹਿਲੇ ਨਹੀਂ। ਸਰਬਸੰਮਤੀ ਨਾਲ ਬਣੇ ਹੋ ਕਿ ਚੋਣ ਲੜੀ? ਨਹੀਂ, ਚੋਣ ਲੜੀ ਸੀ ਵੀਰ ਜੀ। ਅੱਛਾ। ਹਾਂ, ਚੋਣ ਲੜ ਕੇ ਆਪਾਂ ਲੋਕਾਂ ਨੇ ਫਤਵਾ ਦਿੱਤਾ ਤਾਂ ਆਪਾਂ ਪਿੰਡ ਦਾ ਕੰਮ ਕਰ ਰਹੇ ਹਾਂ ਔਰ ਅੱਗੇ ਵੀ ਕਰਦੇ ਰਹਾਂਗੇ। ਬਸ ਸਾਡੀ ਤਾਂ ਇਹੀ ਸੋਚ ਹੈ ਵੀ ਜੋ 70 ਸਾਲ 'ਚ ਮੇਰੇ ਪਿੰਡ ਕੰਮ ਨਹੀਂ ਹੋਇਆ ਉਹ ਜਦੋਂ ਲੋਕਾਂ ਨੇ ਹੁੰਗਾਰਾ ਭਰਿਆ ਅਤੇ ਸਾਨੂੰ ਜਿਤਾ ਕੇ ਭੇਜਿਆ ਫਿਰ ਅਸੀਂ ਕੰਮ ਕਰਿਆ ਭਰਾ। ਬਸ ਸਾਨੂੰ ਇੰਨੀ ਖੁਸ਼ੀ ਹੈ ਬਹੁਤ ਹੈ। ਹੁਣ ਦੁਬਾਰਾ ਫਿਰ ਹੋਊਗੀ ਸਰਪੰਚ ਦੀ ਇਲੈਕਸ਼ਨ ਤਾਂ ਉਦੋਂ ਫਿਰ ਹਿੱਸਾ ਲਓਗੇ? ਦੇਖੋ ਵੀਰ ਜੀ, ਜੇ ਪਿੰਡ ਦਾ ਯੋਗਦਾਨ ਹੈ ਨੌਜਵਾਨ ਸਾਥੀਆਂ ਭਰਾਵਾਂ ਦਾ ਤਾਂ ਜ਼ਰੂਰ ਲੜਾਂਗਾ ਮੈਂ ਔਰ ਪਿੰਡ ਵਾਸਤੇ ਲੜਾਂਗਾ ਜ਼ਰੂਰ। ਕਿੰਨੀ ਵੋਟ ਹੈ ਪਿੰਡ ਦੀ? ਪਿੰਡ ਦੀ ਹੈਗੀ 1050 ਹੈਗੀ। 1050 ਜੀ। ਅੱਛਾ, ਵਿਕਾਸ ਦੇ ਕੀ ਕੰਮ ਕਰੇ? ਦੇਖੋ ਜੀ, ਵਿਕਾਸ ਦਾ ਸਭ ਤੋਂ ਪਹਿਲੇ ਤਾਂ ਸਾਨੂੰ ਉੱਥੇ ਮੁਸ਼ਕਲ ਸੀ ਨਾ ਜਿਹੜੀ, ਉਹ ਮੜੀਆਂ ਸੀ ਵੀਰ ਜੀ। ਜਿਹੜੇ 70 ਸਾਲ ਤੋਂ ਅਸੀਂ ਸੰਸਕਾਰ ਕਰਨ ਜਾਂਦੇ ਸੀ ਨਾ ਤਾਂ ਬੜਾ ਸਾਨੂੰ ਅਫੀਲ ਹੁੰਦਾ ਸੀ, ਦੁੱਖ ਹੁੰਦਾ ਸੀ ਵੀ ਅਸੀਂ ਮੜੀਆਂ 'ਚ ਆਏ ਹੈ। ਦੇਖੋ ਜੀ, ਪਰਮਾਤਮਾ ਦੀ ਕਿਰਪਾ ਤੋਂ ਵਧੀਆ ਬਣ ਗਈ। ਉਸ ਤੋਂ ਬਾਅਦ ਪਿੰਡ ਦਾ ਹਾਲਾਤ ਜਿਹੜੇ ਸੀ ਗਲੀਆਂ ਨਾਲੀਆਂ ਦਾ ਬੜਾ ਬੁਰਾ ਸੀ, ਉਹ ਬਣ ਗਈਆਂ। ਫਿਲਟਰ ਪਾਣੀ ਵਾਲਾ ਪੀਣ ਵਾਲਾ ਉਹ ਲੱਗ ਗਿਆ, ਧਰਮਸ਼ਾਲਾ ਬਣ ਚੁੱਕੀ ਹੈ, ਪੇੜ ਪੌਦੇ ਲੱਗੇ ਹੈ, ਗਲੀਆਂ ਨਾਲੀਆਂ ਬਣੀਆਂ, ਰਾਸ਼ਨ ਕਾਰਡ ਬਣੇ ਹੈ, ਪੈਨਸ਼ਨਾਂ ਬਣੀਆਂ, ਬਿਜਲੀ ਦੇ ਬਿੱਲ ਮਾਫ਼ ਹੋਏ ਹੈ, ਬਹੁਤ ਵੈਸੇ ਪੱਧਰ 'ਤੇ ਕੰਮ ਹੋਏ ਵੀਰ ਜੀ। ਅੱਛਾ। ਹਾਂ, ਪਰ ਇਹੀ ਉਮੀਦ ਕਰਦੇ ਹਾਂ ਜੇ ਅੱਗੇ ਪਰਮਾਤਮਾ ਨਾਲ ਚਾਹੇ ਤਾਂ ਫਿਰ ਦੁਬਾਰਾ ਕਰਾਂਗੇ। ਕਿਸੇ ਪਾਰਟੀ ਨਾਲ ਵੀ ਜੁੜੇ ਹੋਏ ਹੋ? ਦੇਖੋ, ਮੈਂ ਸੱਚ ਹੀ ਦੱਸਾਂਗਾ ਵੀਰ ਜੀ, ਮੀਡੀਆ ਰਾਹੀਂ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਸੀ ਔਰ ਕਰਦਾ ਹਾਂ। ਅੱਛਾ। ਔਰ ਉਹਨਾਂ ਨੇ ਹੀ ਮੈਨੂੰ ਸਭ ਕੁਛ ਇੱਥੇ ਤੱਕ ਲਿਆ ਕੇ ਖਿਲਾੜਿਆ ਔਰ ਯੋਗਦਾਨ ਵੀ ਆਪਾਂ ਪਾਇਆ ਔਰ ਪਾਉਂਦੇ ਰਹਾਂਗੇ। ਅੱਛਾ ਜੀ। ਅਤੇ ਆਟੋ ਕਿੰਨੇ ਤੋਂ ਕਿੰਨੇ ਵਜੇ ਚਲਾਉਂਦੇ ਹੋ? ਵੀਰ ਜੀ, 6 ਵਜੇ ਤੋਂ ਰਾਤ ਨੂੰ 10 ਵਜੇ ਤੱਕ, 11 ਵਜੇ ਤੱਕ, 12 ਵਜੇ ਤੱਕ ਚਲਾ ਲੈਂਦਾ। ਰਾਤ ਨੂੰ ਜੀ 6 ਤੋਂ 12 ਇੱਕ, ਰਾਤ ਨਾਈਟ ਨੂੰ। ਹਾਂ, ਉਸ ਤੋਂ ਬਾਅਦ ਆਪਣਾ ਘਰ ਦਾ ਵੀ ਕੰਮ। ਅਤੇ ਦਿਨੇ? ਦਿਨੇ ਵੀਰ ਜੀ ਪਿੰਡ ਦਾ ਆਪਣਾ ਕੰਮ ਹੈ, ਸਰਪੰਚੀ ਵਾਲਾ। ਅੱਛਾ। ਹਾਂ, ਉਹ ਕੰਮ ਕਰਨਾ। ਦੇਖੋ, ਲੋਕਾਂ ਨੇ ਆਉਣਾ ਜਾਣਾ, ਆਪਾਂ ਉਹ ਵੀ ਸਾਂਭਣਾ ਹੈ। ਤਨਖਾਹ ਵੀ ਆਉਂਦੀ ਹੋਊਗੀ? ਨਹੀਂ ਜੀ ਵੀਰ ਜੀ, ਇੰਨੀ ਕਿਹੜੀ ਕੋਈ ਤਨਖਾਹ ਨਹੀਂ ਹੁੰਦੀ, ਕੋਈ ਤਨਖਾਹ ਨਹੀਂ ਹੈ। ਕਿੰਨੀ ਹੁੰਦੀ ਹੈ? 1000 ਰੁਪਈਆ। ਉਹ ਵੀ ਕਾਫੀ ਸਮਾਂ ਹੋ ਗਿਆ ਬੰਦ ਹੋਊਗੀ। ਬੰਦ ਹੋਊਗੀ ਜੀ। ਅੱਛਾ। ਅਤੇ ਹੋਰ ਲੋਕ ਜਦੋਂ ਦੇਖਦੇ ਨੇ ਸਰਪੰਚ ਆਟੋ ਚਲਾ ਰਿਹਾ, ਪਿੰਡ ਦੇ ਲੋਕ ਕੀ ਕਹਿੰਦੇ ਨੇਗੇ? ਦੇਖੋ ਜੀ, ਪਿੰਡ ਵਾਸਤੇ ਤਾਂ ਮੇਰਾ ਫਰੀ ਹੈ, ਪਿੰਡ ਦੇ ਲੋਕਾਂ ਵਾਸਤੇ ਫਰੀ ਹੈ। ਫਰੀ ਹੈ? ਹਾਂ ਬਿਲਕੁਲ। ਜਦੋਂ ਮੈਂ ਪਿੰਡ ਨਿਕਲਦਾ ਪਿੰਡ ਦੇ ਲੋਕ ਮਿਲਦੇ ਹੈ ਤਾਂ ਮੈਂ ਉਹਨਾਂ ਦਾ ਕੋਈ ਪੈਸਾ ਨਹੀਂ ਲੈਂਦਾ। ਜੇ ਸ਼ਹਿਰ ਆ ਰਿਹਾ ਤਾਂ ਸ਼ਹਿਰ ਛੱਡ ਦਿੰਦਾ, ਜੇ ਚੰਡੀਗੜ੍ਹ ਜਾ ਰਿਹਾ ਫਿਰ ਵੀ ਛੱਡ ਦਿੰਦਾ। ਅੱਛਾ, ਪਿੰਡ ਦੇ ਲੋਕਾਂ ਤੋਂ ਕੋਈ ਪੈਸਾ? ਬਿਲਕੁਲ ਨਹੀਂ ਜੀ। ਅੱਛਾ, ਬਿਲਕੁਲ ਪਤਾ ਕਰਾਂਗੇ? ਬਿਲਕੁਲ ਜੀ, ਜਿਹੜੇ ਬੈਠਦੇ ਵਿਚਾਰੇ ਉਹ ਦੱਸ ਦੇਣਗੇ ਜੀ। ਅੱਛਾ, ਤੁਹਾਡੀ ਲੈਂਗੁਏਜ ਤਾਂ ਮੈਨੂੰ ਲੱਗਦਾ ਕਿ ਪਿਛੋਕੜ ਤੁਹਾਡਾ ਕਿਤੇ ਹੋਰ ਦਾ ਜੇ ਇੱਥੋਂ ਹੀ ਹੋ? ਨਹੀਂ, ਜਿਹੜੇ ਸਾਡੇ ਪਿਛਲੇ ਘਰ ਸੀ ਬਜ਼ੁਰਗ ਉਹ ਪਾਕਿਸਤਾਨ ਤੋਂ ਸੀ ਵੀਰ ਜੀ। ਅੱਛਾ ਜੀ। ਅਤੇ ਬਾਕੀ ਜੋ ਸੰਨ 1947 ਦੇ ਵਿੱਚ ਇੱਥੇ ਕੈਂਪ ਲੱਗਿਆ ਸੀ ਤਾਂ ਕਿ ਸਾਡੇ ਵੱਡੇ ਵੱਡੇ ਇੱਥੇ ਹੀ ਰਹਿ ਗਏ ਸੀ, ਪਿੰਡ ਸ਼ਾਮਦੂ ਕੈਂਪ 'ਚ। ਅੱਛਾ, ਇੱਥੇ ਦੀ ਜੀ? ਠੀਕ ਹੈ। ਸੋ ਕਿੰਨਾ ਕੁ ਇਹਦੇ ਨਾਲ ਘਰ ਦਾ ਖਰਚਾ ਚੱਲ ਪੈਂਦਾ, ਗੁਜ਼ਾਰਾ ਵਧੀਆ? ਦੇਖੋ ਵੀਰ ਜੀ, 500-800 ਤਾਂ ਕਮਾਈ ਲੈਂਦੇ ਹੈ। ਸ਼ਾਮ ਨੂੰ 6 ਤੋਂ ਲੈ ਕੇ 12 ਵਜੇ ਤੱਕ ਸਵਾਰੀ ਮਿਲਦੀ ਹੈ? ਹਾਂਜੀ, ਮਿਲ ਜਾਂਦੀ ਵੀਰ ਜੀ, ਕੁਛ ਸਪੈਸ਼ਲ ਵੀ ਮਿਲ ਜਾਂਦੀ ਹੈ, ਨਹੀਂ ਤਾਂ ਵੈਸੇ 10-20-40 ਦਾ ਹੀ ਹੈ। ਅੱਛਾ ਜੀ, ਉਹਦੇ 'ਚ ਆਪਣਾ ਗੁਜ਼ਾਰਾ ਬਹੁਤ ਵਧੀਆ ਹੋ ਰਿਹਾ ਭਰਾ। ਹਾਂ, ਕਦੇ ਜੀ ਨਹੀਂ ਕਰੇ ਇਹਦੇ ਪਿੱਛੇ ਸਰਪੰਚ ਲਿਖਾ ਲਈਏ? ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਕਹੀ ਨਾ ਵੀ ਫੋਕੇ ਲਿਖਾਉਣ 'ਚ ਕੋਈ ਫਾਇਦਾ ਨਹੀਂ ਹੈ। ਲੋਕ ਦੱਸਣ, ਉਹ ਤਦੋਂ ਉਹਨਾਂ ਦੀ ਸੋਚ ਹੈ। ਆਪਾਂ ਤਾਂ ਸਿਰਫ ਇੱਕ ਸੈਂਪਲ ਜ਼ਿੰਦਗੀ ਜੀਣੀ ਹੈ ਅਤੇ ਸੈਂਪਲ ਬਣ ਕੇ ਕੰਮ ਕਰਨਾ ਭਰਾ, ਕਿਉਂਕਿ ਜਿਹੜਾ ਕਹਿੰਦੇ ਨਾ ਉੱਚਾ ਹੋ ਕੇ ਮਾਨ ਨਾ ਕਰੀ, ਆਪਾਂ ਨੀਵਿਆਂ ਨੂੰ ਰੁੱਖ ਲੱਗਦੇ ਫਿਰ ਫੋਲਾ। ਆਪਾਂ ਤਾਂ ਉਹ ਚੇਂਜ ਕਰਨੀ, ਸੇਵਾ ਕਰਨੀ ਹੈ ਤਾਂ ਚਰਨਾਂ 'ਚ ਰਹਿ ਕੇ ਕਰਨੀ। ਕਦੇ ਉਦੋਂ ਅੱਗੇ ਜਾਣ ਦਾ ਵੀ ਸੋਚਿਆ ਕਦੇ, MLA ਦੀ ਇਲੈਕਸ਼ਨ ਜਾਂ ਉਦੋਂ ਅੱਗੇ? ਵੀਰ ਜੀ ਦੇਖੋ, ਮੈਂ ਇੱਕੋ ਉਮੀਦ ਰੱਖੀ ਹੈ ਵੀ ਜਦ ਤੱਕ ਆਪਣੇ ਸਰੀਰ 'ਚ ਜਾਨ ਹੈ ਤਾਂ ਪਿੰਡ ਵਾਸਤੇ ਜ਼ਰੂਰ ਕੁਛ ਨਾ ਕੁਛ ਕਰਦੇ ਰਹਾਂਗੇ। ਠੀਕ ਹੈ, ਬਾਕੀ ਜੋ ਅਕਾਲ ਪੁਰਖ ਨੇ ਲਿਖਿਆ ਹੈ ਉਹ ਤਾਂ ਹੋਣਾ ਹੀ ਹੋਣਾ ਹੈ, ਤੇਰੇ ਕਹਿਣ ਨਾਲ ਜਾਂ ਮੇਰੇ ਕਹਿਣ ਨਾਲ ਕੁਛ ਨਹੀਂ ਹੋਣਾ। ਜੇ ਪਰਮਾਤਮਾ ਨੇ ਮੱਥੇ 'ਤੇ ਲਿਖਾ ਕੇ ਭੇਜਿਆ ਹੈ ਤਾਂ ਜ਼ਰੂਰ ਪੂਰਾ ਹੋਵੇਗਾ,
ਨਹੀਂ ਤਾਂ ਸਾਰੀ ਜ਼ਿੰਦਗੀ 'ਚ ਚੋਲੀਆਂ ਚੱਕੀ ਫਿਰ ਤਾਂ ਕੁਛ ਨਹੀਂ ਬਣਨਾ, ਠੀਕ ਹੈ ਨਾ। ਪਰ ਯੋਗਾ, ਯੋਗਾ ਦਾ ਲੋਕਾਂ ਦਾ ਫਤਵਾ ਹੋਵੇਗਾ ਤਾਂ ਪਿੰਡ ਦਾ ਸਰਪੰਚ ਵੀ ਚੁਣਿਆ ਜਾਂਦਾ ਹੈ ਅਤੇ ਪੰਚ ਵੀ ਚੁਣਿਆ ਜਾਂਦਾ ਹੈ। ਜੇ ਚੰਗੇ ਹੋਣਗੇ ਤਾਂ ਲੋਕ ਲੈ ਕੇ ਆ ਜਾਣਗੇ ਭਰਾ, ਹੈ ਕਿ ਨਹੀਂ ਜੀ। ਜੇ ਕੰਮ ਚੰਗਾ ਕਰਿਆ ਹੈ। ਪੜ੍ਹੇ ਕਿੰਨਾ ਹੋਏ ਵੀਰੇ? ਮੈਂ 7 ਪੜ੍ਹਿਆ ਜੀ। 7 ਜੀ। ਅਤੇ ਇਸ ਤੋਂ ਇਲਾਵਾ ਪਹਿਲਾਂ ਜਦੋਂ ਸਰਪੰਚ ਬਣਨ ਤੋਂ ਪਹਿਲਾਂ ਕਿਵੇਂ ਪਿੰਡ ਦੀ ਸੇਵਾ ਕਰਦੇ ਸੀ? ਤੁਸੀਂ ਕਹਿੰਦੇ ਹੋ ਕਿ ਮੇਰਾ ਇਹ ਸੁਪਨਾ ਹੈ ਕਿ ਮੈਂ ਪਿੰਡ ਦੇ ਲਈ ਕੁਛ ਕਰਦਾ ਰਹਾਂ। ਉਦੋਂ ਕਿਸ ਤਰੀਕੇ ਨਾਲ ਯੋਗਦਾਨ ਪਾਉਂਦੇ ਸੀ ਵੀਰ ਜੀ? ਉਸ ਟਾਈਮ ਮੇਰਾ ਇਹੀ ਸੀ ਤਮੰਨਾ ਕਿ ਮੇਰੇ ਕੋਲ ਕੁਛ ਨਹੀਂ ਸੀ, ਸਿਰਫ ਇੱਕ ਸੈਂਪਲ ਸਾਈਕਲ ਸੀ ਅਤੇ ਸਾਈਕਲ ਤੋਂ ਐਕਟਿਵਾ ਸੀ। ਮੈਂ ਲੋਕਾਂ ਦੇ ਦੁੱਖਾਂ ਜਾਂਦਾ ਰਿਹਾ, ਜਿੱਦਾਂ ਕੋਈ ਹੋਸਪਿਟਲ ਚਲਿਆ ਗਿਆ ਲੇਡੀ, ਕੋਈ ਜੈਂਟਸ ਚਲਿਆ ਗਿਆ, ਕੋਈ ਬਜ਼ੁਰਗ ਚਲਿਆ ਗਿਆ, ਤਾਂ ਉੱਥੇ ਉਹਨਾਂ ਦੀ ਮਦਦ ਕਰਦਾ ਸੀ, ਠੀਕ ਹੈ ਜੀ। ਬਸ ਜਿੰਨੀ ਕੁ ਹੁੰਦੀ ਸੀ ਆਪਣੇ ਨਾਲ ਉਨੀ ਕਰ ਲੈਂਦੇ ਸੀ। ਅੱਛਾ, ਫਿਰ ਸਰਪੰਚੀ ਤੋਂ ਬਾਅਦ ਇੰਨੀ ਤਰੱਕੀ ਕਿਵੇਂ ਹੋ ਗਈ, ਆਟੋ ਕਿਵੇਂ ਆ ਗਿਆ? ਵੀਰ ਜੀ, ਆਟੋ ਤਾਂ ਆਪਾਂ ਕਿਸ਼ਤਾਂ 'ਤੇ ਲਿਆ ਹੈ, 20,000 ਰੁਪਇਆ ਜਮ੍ਹਾਂ ਕਰਾ ਕੇ ਕਿਸ਼ਤਾਂ 'ਤੇ ਲਿਆ ਭਰਾ। ਹਾਂ, ਬਾਕੀ ਆਪਣਾ ਬਹੁਤ ਵਧੀਆ, ਪਰਮਾਤਮਾ ਦੀ ਮਿਹਰ ਹੈ। 3 ਸਾਲ ਹੋ ਗਏ ਇਹਨੂੰ? ਹੋ ਗਏ ਵੀਰ ਜੀ, 3 ਸਾਲ ਹੋ ਗਏ। ਹੋ ਗਿਆ ਕਿਸ਼ਤ ਮੁਕਤ ਹੋ ਰਹੇ? ਨਹੀਂ, ਚੱਲ ਰਹੀ ਹਾਲੇ ਤੱਕ, 3 ਰਹਿ ਗਈਆਂ। ਅੱਛਾ, ਹਰੇ ਕਿਸ਼ਤ ਦੇ ਰਹੇ? ਹਾਂਜੀ, 3 ਰਹਿ ਗਈਆਂ ਭਰਾ। ਅੱਛਾ, ਕਿਸ਼ਤਾਂ 'ਤੇ? ਹਾਂਜੀ ਹਾਂਜੀ, ਬਹੁਤ ਵਧੀਆ ਚੱਲ ਰਿਹਾ ਦਾਲ ਫੁਲਕਾ ਭਰਾ, ਅਤੇ ਪਿੰਡ ਦਾ ਯੋਗਦਾਨ ਮਿਲ ਰਿਹਾ ਹੈ। ਜੇ ਪਰਮਾਤਮਾ ਨੇ ਮਿਹਰ ਕਰੀ ਤਾਂ ਜ਼ਰੂਰ ਇਲੈਕਸ਼ਨ ਲੜਾਂਗੇ ਭਰਾ। ਬੱਚੇ ਕੀ ਕਰਦੇ ਨੇ? ਦੇਖੋ ਵੀਰ, ਬੱਚਾ ਇੱਕ ਗੁੜੀਆ ਆਪਣੀ, ਉਹ ਪੜ੍ਹ ਰਹੀ ਹੈ। ਹੋਰ ਕੋਈ ਗੱਲ ਦੱਸਣੀ ਚਾਹੁੰਦੇ ਹੋ ਕੋਈ ਕਿੱਸਾ? ਵੀਰ ਜੀ, ਕਿੱਸਾ ਇਹੀ ਹੈ ਕਿ ਤੁਹਾਡੇ ਮੀਡੀਆ ਰਾਹੀਂ ਨਾ ਇੱਕ ਮੈਂ ਸੰਦੇਸ਼ ਦੇਣਾ ਚਾਹੁੰਦਾ ਮੇਰੇ ਪੰਜਾਬ ਦੇ ਭਰਾਵਾਂ ਨੂੰ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਮੁੱਦਾ ਬਣਿਆ ਹੋਇਆ ਨਾ, ਇਸ ਨੂੰ ਨੱਥ ਪਾਈ ਜਾਵੇ ਸਭ ਤੋਂ ਪਹਿਲੇ ਤਾਂ, ਕਿਉਂਕਿ ਜਿਹੜਾ ਨੌਜਵਾਨ ਸਾਡਾ ਯੂਥ ਹੈ। ਤੁਸੀਂ ਕੀ ਕਰਦੇ ਹੋ ਤੁਹਾਡੇ ਪਿੰਡ 'ਚ ਨਸ਼ੇ ਤੋਂ ਮੁਕਤ ਕਰਨ ਦੇ ਲਈ? ਵੀਰ ਜੀ, ਅਸੀਂ ਉਪਰਾਲਾ ਕਰਿਆ ਹੈ, ਅਸੀਂ ਲੋਕਾਂ ਨੂੰ ਜਾਗਰਤ ਕਰਦੇ ਹਾਂ ਵੀ ਨਸ਼ੇ ਤੋਂ ਬਚੋ, ਕਿਉਂਕਿ ਨਸ਼ਾ ਜਿਹੜਾ ਮੈਨ ਜੜ ਹੈ ਪੰਜਾਬ ਦੀ ਜਵਾਨੀ। ਜਾਗਰੂਕ ਕਿੱਦਾਂ ਕਰਦੇ? ਅਸੀਂ ਲੋਕਾਂ ਨਾਲ ਮੀਟਿੰਗ ਕਰ ਰਹੇ ਵੀਰ ਜੀ, ਲੋਕਾਂ ਨੂੰ ਸਮਝਾ ਰਹੇ ਹਾਂ ਵੀ ਨਸ਼ੇ ਤੋਂ ਹਟ ਕੇ ਚੰਗੇ ਵਾਲੇ ਪਾਸੇ ਆ ਜਾਓ, ਕਬੱਡੀ ਵਾਲੇ ਪਾਸੇ ਆ ਜਾਓ। ਟੂਰਨਾਮੈਂਟ ਵੀਰ ਜੀ, ਦੇਖੋ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਹਾਲੇ, ਅਤੇ ਹੁਣ ਸੋਚਣ ਲੱਗੇ ਵੀ ਛੋਟਾ ਜਿਹਾ ਅਖਾੜਾ ਬਣਾਵਾਂਗੇ ਵੀ ਨੌਜਵਾਨ ਪੀੜ੍ਹੀ ਨੂੰ ਉੱਥੇ ਉਤਾਰਾਂਗੇ। ਸੋ ਇਸ ਸਟੋਰੀ ਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਕਈ ਵਾਰ ਫੋਕੀ ਟੋਰ ਦੇ ਲਈ ਜਿਹੜਾ ਪਿੰਡਾਂ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਸਰਪੰਚੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਲੜਾਈ ਝਗੜੇ ਵੀ ਹੋ ਜਾਂਦੇ ਨੇ, ਗੁੰਡਾਗਰਦੀ ਵੀ ਹੋ ਜਾਂਦੀ ਹੈ, ਪਰ ਇੱਕ ਵੀ ਸਰਪੰਚ ਨੇ ਜੋ ਆਟੋ ਚਲਾਉਂਦੇ ਨੇ। ਬਾਕੀ ਇਹਨਾਂ ਦੇ ਪਿੰਡ ਦਾ ਦੌਰਾ ਵੀ ਜ਼ਰੂਰ ਕਰਾਂਗੇ ਕਿ ਬਾਕੀ ਜੋ ਇਹ ਦਾਅਵਾ ਕਰ ਰਹੇ ਨੇ ਕਿ ਸਾਡੇ ਪਿੰਡ ਦਾ ਬਹੁਤ ਵਿਕਾਸ ਹੋਇਆ, ਕਿ ਹਕੀਕਤ ਦੇ ਵਿੱਚ ਵਿਕਾਸ ਹੋਇਆ ਜਾਂ ਨਹੀਂ ਹੋਇਆ। ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਕਹਾਣੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਨੀਚੇ ਇੱਥੇ ਕਮੈਂਟ ਬਾਕਸ ਦੇ ਵਿੱਚ, ਕਮੈਂਟ ਕਰਕੇ ਅਸੀਂ ਤੁਹਾਡੇ ਤੱਕ ਵੀ ਜ਼ਰੂਰ ਪਹੁੰਚ ਕਰਾਂਗੇ। ਕੈਮਰਾ ਪਰਸਨ ਜੱਸੀ ਦੇ ਨਾਲ ਸ਼ੈਸ਼ਵ ਨਾਗਰਾ, ਰਾਜਪੁਰਾ।